ਅਮਰੀਕਾ ਦੇ ਖੋਜਕਰਤਾ ਡੈਨ ਬੁਏਟਨਰ ਨੇ 20 ਸਾਲਾਂ ਤੱਕ ਇੱਕ ਖੋਜ ਕੀਤੀ ਹੈ। ਇਸੇ ਦੌਰਾਨ ਉਹਨਾਂ ਨੇ 100 ਸਾਲ ਤੱਕ ਤੋਂ ਵੱਧ ਉਮਰ ਦੇ 263 ਲੋਕਾਂ ਨਾਲ ਗੱਲ ਕਰਦਿਆਂ ਲੰਮੀ ਉਮਰ ਦਾ ਰਾਜ ਜਾਣਿਆ ਹੈ। ਉਹਨਾਂ ਨੇ ਇਹਨਾਂ ਲੋਕਾਂ ਨੂੰ ਬਲੂ ਜ਼ੋਨ ਦੇ ਵਿੱਚ ਲੱਭਿਆ ਹੈ। ਦਰਅਸਲ ਬਲੂ ਜ਼ੋਨ ਉਹ ਖੇਤਰ ਹੈ ਜਿੱਥੇ ਲੋਕ ਲੰਮੀ ਸਮੇਂ ਤੱਕ ਰਹਿੰਦੇ ਹਨ। ਇਸ ਲਈ ਬੁਏਟਨਰ ਨੇ ਜਾਪਾਨ ਦੇ ਓਕੀਨਾਵਾ, ਇਟਲੀ ਦੇ ਸਾਰਡੀਨੀਆ, ਕੋਸਟਾਰੀਕਾ ਦੇ ਨਗੋਆ, ਗ੍ਰੀਸ ਦੇ ਆਈਕਾਰੀਆ ਅਤੇ ਅਮਰੀਕਾ ਵਿੱਚ ਲੋਮਾ ਲਿੰਡਾ ਵਿੱਚ ਖੋਜ ਕੀਤੀ ਹੈ। ਲੋਕਾਂ ਨਾਲ ਗੱਲਬਾਤ ਕਰਨ ਮਗਰੋਂ ਬੁਏਟਨਰ ਨੇ ਲੰਮੀ ਉਮਰ ਹਾਸਲ ਕਰਨ ਦੇ 9 ਫਾਰਮੂਲੇ ਖੋਜੇ ਹਨ। ਕਹਿੰਦੇ ਹੈ ਕਿ ਇਹਨਾਂ ਨਿਯਮਾਂ ਦੀ ਪਾਲਣਾ ਕਰਨ ਨਾਲ ਤੁਹਾਡੇ ਕੋਲ ਆਪਣੀ ਜ਼ਿੰਦਗੀ ਵਿੱਚ ਕੁਝ ਹੋਰ ਖੁਸ਼ਹਾਲ ਸਾਲ ਜੋੜਨ ਦਾ ਮੌਕਾ ਹੋ ਸਕਦਾ ਹੈ। ਆਓ ਜਾਣਦੇ ਹਾਂ ਇਹਨਾਂ 9 ਨਿਯਮਾਂ ਬਾਰੇ। ਸਭ ਤੋਂ ਲੰਮੇ ਜੀਵਨ ਨਾ ਤਾਂ ਮੈਰਾਥਨ ਦੌੜਦੇ ਹਨ ਅਤੇ ਨਾ ਹੀ ਜਿਮ ਦੇ ਵਿੱਚ ਪਸੀਨਾ ਵਹਾਉਂਦੇ ਹਨ। ਉਹ ਅਜਿਹੇ ਮਾਹੌਲ ਦੇ ਵਿੱਚ ਰਹਿੰਦੇ ਹਨ ਜੋ ਉਸ ਨੂੰ ਅੱਗੇ ਵਧਣ ਲਈ ਪ੍ਰੇਰਣਾ ਦਿੰਦੇ ਹਨ। ਉਹ ਬਾਗਬਾਨੀ ਅਤੇ ਸਫਾਈ ਵਰਗੇ ਛੋਟੇ ਮੋਟੇ ਕੰਮ ਖੁਦ ਕਰਦੇ ਹਨ। ਉਹ ਆਪਣੇ ਕੰਮ ਵਿੱਚ ਮਸ਼ੀਨਾਂ ਦੀ ਮਦਦ ਨਹੀਂ ਲੈਂਦੇ ਅਤੇ ਹਰ ਕੰਮ ਖੁਸ਼ੀ ਦੇ ਨਾਲ ਕਰਦੇ ਹਨ। ਉਹਨਾਂ ਨੇ ਕਿਹਾ ਹੈ ਕਿ ਜਿਉਣ ਲਈ ਕੋਈ ਵਜ੍ਹਾ ਹੋਣੀ ਬੇਹੱਦ ਜ਼ਰੂਰੀ ਹੈ। ਸਭ ਤੋਂ ਪਹਿਲਾਂ ਬਲੂ ਜ਼ੋਨ ਵਿੱਚ ਲੋਕ ਆਪਣੇ ਮਾਤਾ ਪਿਤਾ ਅਤੇ ਦਾਦਾ ਦਾਦੀ ਦੇ ਨਾਲ ਰਹਿੰਦੇ ਹਨ। 4 ਪੀੜ੍ਹੀਆਂ ਇਕੱਠੀਆਂ ਰਹਿੰਦੀਆਂ ਹਨ। ਇੱਥੇ ਲੋਕ ਜੀਵਨ ਸਾਥੀ ਲਈ ਵਚਨਬੱਧ ਪਾਏ ਗਏ ਹਨ। ਖਾਸ ਗੱਲ ਇਹ ਹੈ ਕਿ ਉਹ ਪਿਛਲੇ 60-70 ਸਾਲਾਂ ਤੋਂ ਘਰ ਦੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਦੇ ਹਨ। ਲੰਮੇ ਸਮੇਂ ਤੱਕ ਜਿਉਣ ਵਾਲੇ ਲੋਕ ਆਪਣੇ ਮਜ਼ਬੂਤ ਸਮਾਜਿਕ ਦਾਇਰੇ ਦੀ ਚੋਣ ਕਰਦੇ ਹਨ। ਨਵਾਂ ਦੇ ਲੋਕ 5 ਦੋਸਤਾਂ ਦੇ ਸਮੂਹ ਬਣਾਉਂਦੇ ਹਨ ਜੋ ਜੀਵਨ ਭਰ ਇੱਕ ਦੂਜੇ ਲਈ ਵਚਨਬੱਧ ਰਹਿੰਦੇ ਹਨ। ਬਲੂ ਜ਼ੋਨ ਦੇ ਲੋਕ ਵੀ ਤਣਾਅ ਦਾ ਅਨੁਭਵ ਕਰਦੇ ਹਨ, ਪਰ ਉਹਨਾਂ ਦੀ ਇੱਕ ਰੁਟੀਨ ਹੈ ਜੋ ਤਣਾਅ ਨੂੰ ਘਟਾਉਂਦੀ ਹੈ। ਜਾਪਾਨ ਦੇ ਲੋਕ ਆਪਣੇ ਪੁਰਖਿਆਂ ਨੂੰ ਯਾਦ ਕਰਨ ਲਈ ਹਰ ਰੋਜ਼ ਕੁਝ ਪਲ ਕੱਢਦੇ ਹਨ। ਲੰਮੇ ਸਮੇਂ ਤੱਕ ਜਿਉਂਦੇ ਰਹਿਣ ਵਾਲੇ ਲੋਕਾਂ ਦੀ ਖੁਰਾਕ ਦਾ ਇੱਕ ਵੱਡਾ ਹਿੱਸਾ ਮੇਵੇ, ਸੋਇਆ ਅਤੇ ਫਲੀਆਂ ਦੇ ਨਾਲ ਦਾਲਾਂ ਹਨ। ਮਹੀਨੇ ਵਿੱਚ 5 ਵਾਰ ਮੀਟ ਦਾ ਸੇਵਨ ਵੀ ਕਰਦੇ ਹਨ। ਬਾਹਰੀ ਭੋਜਨ ਤੋਂ ਦੂਰੀ ਬਣਾ ਕੇ ਰੱਖਦੇ ਹਨ। ਬਲੂ ਜ਼ੋਨ ਦੇ ਵਿੱਚ ਲੋਕ ਸੀਮਤ ਮਾਤਰਾ ਦੇ ਵਿੱਚ ਸ਼ਰਾਬ ਪੀਂਦੇ ਹਨ। ਇਹਨਾਂ 263 ਲੰਮੀ ਉਮਰ ਦੇ ਲੋਕਾਂ ਨਾਲ ਗੱਲ ਕੀਤੀ ਗਈ ਸੀ। ਇਹਨਾਂ ਵਿੱਚੋਂ 5 ਅਜਿਹੇ ਸਨ ਜੋ ਧਰਮ ਨੂੰ ਨਹੀਂ ਮੰਨਦੇ ਸਨ, ਬਾਕੀ ਸਾਰੇ ਕਿਸੇ ਨਾ ਕਿਸੇ ਧਾਰਮਿਕ ਭਾਈਚਾਰੇ ਨਾਲ ਸੰਬੰਧਿਤ ਸਨ। ਹਰ ਮਹੀਨੇ 3-4 ਵਾਰ ਆਸਥਾ ਨਾਲ ਸੰਬੰਧਿਤ ਸੇਵਾਵਾਂ ਦੇ ਵਿੱਚ ਹਿੱਸਾ ਲੈਣਾ ਨੂੰ ਉਹ ਜ਼ਰੂਰੀ ਕੰਮ ਸਮਝਦੇ ਸਨ।